ਇੱਕ ਸਾਧ ਆਇਆ ਸੀ ਜਿਨੇ ਸਟੇਜ ਤੇ ਕਿਤੇ ਪਹਿਲਾਂ ਕਹਿਤਾ ਸੀ ਜਦੋਂ ਬੀਬੀਆਂ ਨੂੰ ਮੰਥਲੀ ਪੀੜ ਆਉਂਦੇ ਨੇ ਉਹ ਬਾਣੀ ਨਹੀਂ ਪੜ ਸਕਦੀਆਂ ਗੁਰਦੁਆਰੇ ਨਹੀਂ ਆਉਂਦੀਆਂ ਉਹ ਦਲੇਰ ਬੀਬੀ ਨੇ ਉਹਨਾਂ ਨੇ ਉਸ ਬਾਬੇ ਨੂੰ ਇੱਥੇ ਘੇਰਿਆ ਸੀ ਕਿ ਬਾਬਾ ਜੀ ਜੇ ਮੰਥਲੀ ਪੀੜ ਨਾ ਆਉਣ ਤੇ ਸ਼ਾਇਦ ਤੁਹਾਡਾ ਜਨਮ ਦੁਨੀਆ ਤੇ ਨਾ ਹੁੰਦਾ ਇਹ ਕੋਈ ਅਸ਼ਲੀਲਤਾ ਥੋੜਾ ਮੈਂ ਆਪਣੀ ਧੀ ਨਾਲ ਇਸ ਟੌਪਿਕ ਤੇ ਗੱਲ ਕਰਦਾ ਮੇਰੀ ਬੇਟੀ ਚੰਡੀਗੜ੍ਹ ਪੜ੍ਹਦੀ ਹੈ ਤੁਸੀਂ ਆਪਣੇ ਪਰਿਵਾਰ ਚ ਆਪਣੀ ਭੈਣ ਨਾਲ ਇੱਕ ਉਹ ਅਸ਼ਲੀਲਤਾ ਥੋੜੀ ਸੀ ਇਹ ਤਾਂ ਘਰ ਦੇ ਵਿੱਚ ਬੇਟੀ ਨੂੰ ਮੰਥਲੀ ਪੀੜਨਾ ਆਵੇ ਤੇ ਵਾਈਫ ਆਪਣੇ ਹਸਬੰਡ ਦੇ ਨਾਲ ਸਲਾਹ ਕਰ ਸਕਦੀ ਕਮਾਲ ਦੀ ਗੱਲ ਹੈ ਇਹਨਾਂ ਨੂੰ ਕੁਦਰਤੀ ਪ੍ਰਕਿਰਿਆ ਨੂੰ ਵੀ ਇਹਨਾਂ ਪਖੰਡੀ ਲੋਕਾਂ ਨੇ ਅਸ਼ਲੀਲਤਾ ਦੇ ਨਾਲ ਜਿਹੜਾ ਹੈ ਉਹ ਪਵਿੱਤਰਤਾ ਦੇ ਨਾਲ ਜੋੜ ਕੇ ਰੱਖਦਾ ਕਦੋਂ ਤੱਕ ਤੁਸੀਂ ਇਹ ਤਸ਼ੱਦਦ ਸੰਹੇ ਰਹੋਗੇ ਵੈਨਕੂਰ ਦੇ ਚ ਉਹ ਸਾਧ ਬਾਬੇ ਨੂੰ ਘੇਰਿਆ ਗਿਆ ਉਹਨੂੰ ਗੱਲ ਨਾ ਆਵੇ ਉੱਥੇ ਤੇ ਡ੍ਰਿਲਾਂ ਵੱਡੀਆਂ ਤੇ ਮਾਫ਼ ਕਰਨਾ ਉਹਨਾਂ ਪਖੰਡੀਆਂ ਨਾਲੋਂ ਵੱਧ ਕਸੂਰਵਾਰ ਉਹ ਲੋਕ ਨੇ ਜਿਹੜੇ ਇਹੋ ਜਿਹੇ ਪਖੰਡੀ ਬਾਬਿਆਂ ਨੂੰ ਪ੍ਰਮੋਟ ਕਰਦੇ ਨੇ ਕਦੋਂ ਤੱਕ ਅਸੀਂ ਅੱਖਾਂ ਮਿਟਕੇ ਸਰਬ ਉੱਚਤਾ ਨੂੰ ਚੈਲੰਜ ਕੌਣ ਕਰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤੀਆਂ ਧੱਜੀਆਂ ਉਡਾਰੇ ਨੇ ਲੋਕ ਇਦਾਂ ਦੀਆਂ ਸੈਕੜੇ ਜਦੋਂ ਇਦਾਂ ਦੀਆਂ ਅਸੀਂ ਗੱਲਾਂ ਕਰਦੇ ਨੇ ਕਿਸ ਨੂੰ ਲੱਗਦਾ ਇਹਨਾਂ ਦਾ ਟੌਪਿਕ ਹੀ ਇਹੋ ਆ ਉਹ ਬਹੁਤ ਕੁਝ ਹੈ ਕਿਵਰੀ ਲੱਗਦਾ ਮਨ ਮਨ ਪਰੇਸ਼ਾਨ ਹੋ ਜਾਂਦਾ ਫਿਰ ਕਦੋਂ ਸਮਝਾਂਗੇ ਅਸੀਂ ਕਦੋਂ ਸਿਆਣੇ ਬਣਾਂਗੇ ਕਦੋਂ ਅਸੀਂ ਪਖੰਡਵਾਦ ਤੋਂ ਬਾਹਰ ਨਿਕਲਾਂਗੇ ਕਦੋਂ ਅਸੀਂ ਗੁਰਬਾਣੀ ਖੁਦ ਪੜਨੀ ਤੇ ਵਿਚਾਰਨੀ ਸ਼ੁਰੂ ਕਰਾਂਗੇ ਦੇਹਾਂ ਦੀ ਪੂਜਾ ਕੀਤੀ ਜਾ ਰਹੀ ਹੈ ਆ ਨਿਊਯਾਰਕ ਦੀ ਗੱਲ ਹੈ ਇੱਥੋਂ ਇੱਕ ਭੈਣ ਦਾ ਫੋਨ ਆਇਆ ਕਹਿੰਦੇ ਵੀਰ ਜੀ ਮੇਰੀ ਸੱਸ ਇੰਡੀਆ ਗਈ ਹੈ ਮੈਂ ਕਿਹਾ ਕਾਦੇ ਲਈ ਕਹਿੰਦੇ ਪੰਜਾਬ ਇੱਕ ਬਾਬਾ ਹੈ ਮੈਂ ਕਿਹਾ ਫਿਰ ਉਹ ਹੁਣ ਤੁਸੀਂ ਆਹਦੇ ਬਾਹਰ ਦੀਆਂ ਕੰਟਰੀਆਂ ਤੋਂ ਇੱਥੇ ਚੀਜ਼ ਕੋਈ ਨਹੀਂ ਆਉਂਦੀ ਉੱਥੋਂ ਇੰਡੀਆ ਤੋਂ ਸੁਆਹ ਆਉਂਦੀ ਜੀ ਇੱਥੇ ਉਹ ਪੜ੍ਹੀ ਲਿਖੀ ਫੈਮਿਲੀ ਐ ਉਹ ਕਹਿੰਦੀ ਮੇਰੀ ਸੱਸ ਜਿਸ ਬਾਬੇ ਕੋ ਜਾਂਦੀ ਆ ਉਹ ਬਾਬਾ ਕੋ ਮੰਤਰ ਪੜ੍ਹ ਕੇ ਸਵਾਹ ਤਿਆਰ ਕਰਦਾ ਤੇ ਮੈਂ ਕਹਾ ਤੁਸੀਂ ਸਵਾਹ ਦਾ ਕੀ ਕਰਦੇ ਹੋ ਕਹਿੰਦੀ ਸਾਡੇ ਖਾਣੇ ਚੁਟਕੀ ਚੁਟਕੀ ਪੈਂਦੀ ਆ ਰੋਜ਼ ਮੈਂ ਕਹਾ ਫਿਰ ਕਹਿੰਦੇ ਵੀ ਉਹ ਉਹਦੇ ਉਹ ਮੰਤਰ ਪੜ੍ਹੇ ਹੁੰਦੇ ਨੇ ਤੇ ਮੈਂ ਕਹਾ ਫ੍ਰੀ ਆਉਂਦੀ ਆ ਕਹਿੰਦੀ ਨਹੀਂ ਸੱਸ ਸੇਵਾ ਕਰਕੇ ਆਉਂਦੀ ਮਹਾਪੁਰਖਾਂ ਦੇ ਉੱਥੋਂ ਮੰਤਰ ਪੜ੍ਹਦਾ ਹੁਣ ਸੋਚੋ ਜਿਨ੍ਹਾਂ ਦੀ ਸਵਾਹ ਵਿਖਦੀ ਆ ਡਲਰਾਂ ਚ ਬੋਲੋ ਹਣੋ ਉਹਨਾਂ ਨੂੰ ਕਣਕ ਮੱਕੀ ਬੀਜਣ ਦੀ ਲੋੜ ਹੈਗੀ ਉਹਨਾਂ ਨੂੰ ਸਟੋਰ ਚ ਲਾਉਣ ਦੀ ਲੋੜ ਹੈਗੀ ਹੈ ਜੀ ਕਿਹਦਾ ਕਹਿੰਗੇ ਸਰਬੋੱਚ ਗੁਰੂ ਕਰਾਸਾ ਹਾਂ ਉਹ ਕਿਦਾਂ ਕਦੋਂ ਉਹ ਮਾਤਾ ਕਹਿ ਸਕਦੀ ਵੀ ਗੁਰੂ ਐਸਾ ਸਰਬਉੱਚ ਤੇ ਹੁਣ ਮੈਂ ਅਗਲੀ ਗੱਲ ਪੁੱਛੀ ਕਹਿੰਦੀ ਮੈਂ ਪਰੇਸ਼ਾਨ ਹਾਂ ਵੀ ਜੀ ਮੈਂ ਤੁਹਾਡੀ ਕਥਾ ਸੁਣਦੀ ਹਾਂ ਹੁਣ ਮੈਂ ਪਾਠ ਕਰਨ ਲੱਗ ਪਈ ਹਾਂ ਹੁਣ ਮੈਂ ਆਪਣੇ ਖਾਣੇ ਚ ਸਵਾਹ ਪਾਉਣੇ ਬੰਦ ਕਰਤੀ ਆ ਮੈਂ ਕਿਹਾ ਫਿਰ ਕੌਣ ਕੌਣ ਕਹਿੰਦੀ ਬਾਕੀ ਮੈਨੂੰ ਸਾਰਿਆਂ ਦੇ ਪਾਉਣੇ ਪੈਂਦੀ ਚੁਟਕੀ ਚੁਟਕੀ ਮੈਂ ਹੁਣ ਅਗਲੀ ਗੱਲ ਸੁਣ ਲਿਓ ਨਾ ਮੈਂ ਕਹਾ ਤੁਹਾਡੇ ਪਤੀ ਮੈਂ ਕਹਾ ਆਂਦੀ ਮੈਂ ਬੱਚਿਆਂ ਦੇ ਵੀ ਨਹੀਂ ਪਾਉਂਦੀ ਹੁਣ ਸਿਰਫ ਮੇਰਾ ਪਤੀ ਮੈਂ ਕਹਾ ਹੁਣ ਉਹ ਤੇ ਤੁਹਾਡਾ ਜੀਵਨ ਸਾਥੀ ਉਹਨੂੰ ਤਾਂ ਰੋਕੋ ਆਂਦੀ ਜਦਨ ਕਿਤੇ ਉਹਦਾ ਕਾਰੋਬਾਰ ਮੜਾ ਜਾ ਡਾਊਨ ਹੋਵੇ ਆਉਂਦਿਆਂ ਪੁੱਛਦਾ ਅੱਜ ਸਵਾਹ ਨਹੀਂ ਪਾਈ ਮੈਂ ਕਹਾ ਬਈ ਤੁਸੀਂ